ਜਦੋਂ ਤੁਸੀਂ ਇਸ ਪ੍ਰੋਗਰਾਮ 'ਚ ਆਉਂਦੇ ਹੋ ਨਾ, ਤੁਹਾਡੀ ਏਜਿੰਗ ਪ੍ਰੋਸੈਸ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਜਿਹੜੇ ਲੋਕ ਕਹਿੰਦੇ ਨਾ ਤੂੰ 50 ਸਾਲ ਦਾ ਹੋ ਗਿਆ, ਤੂੰ 60 ਸਾਲ ਦਾ ਹੋ ਗਿਆ, ਤੂੰ 40 ਸਾਲ ਦਾ ਹੋ ਗਿਆ, ਜਿਸ ਦਿਨ ਤੁਸੀਂ ਰਿਕਵਰੀ 'ਚ ਆ ਗਏ ਨਾ, ਤੁਹਾਡੀ ਏਜਿੰਗ ਜਿਹੜੀ ਹੈ ਨਾ ਉਹ ਚੇਂਜ ਹੋ ਜਾਂਦੀ ਹੈ। ਕਿਉਂਕਿ ਏਜਿੰਗ ਪ੍ਰੋਸੈਸ ਜਿਹੜੀ ਹੈ ਨਾ, ਲੋਕ ਇਹਨੂੰ ਸਮਝ ਨਹੀਂ ਪਾਏ। ਏਜਿੰਗ ਪ੍ਰੋਸੈਸ ਇਜ਼ ਅ ਮਾਇੰਡ ਸੈੱਟ ਐਂਡ ਮਾਈ ਹਾਂ ਅੱਛਾ ਮਾਇੰਡ ਸੈੱਟ ਕਿਹਦੇ ਨਾਲ ਜੁੜਿਆ ਹੋਇਆ ਕਿ ਤੁਸੀਂ ਨਵਾਂ ਕੀ ਲਰਨ ਕਰ ਰਹੇ ਹੋ, ਤੁਹਾਡੇ ਅੰਦਰ ਕ੍ਰੀਏਟਿਵਨੈਸ ਕਿੰਨੀ ਹੈ, ਤੁਹਾਡੀ ਸਮਾਰਟ ਕਿੰਨੀ ਹੈ, ਸਮਾਰਟਨੈਸ ਕਿੰਨੀ ਹੈ। ਜੇ ਤੁਹਾਡਾ ਮਾਇੰਡ ਸਟਰੋਂਗ ਮਤਲਬ ਸਮਾਰਟ ਹੈ ਨਾ, ਐਂਡ ਤੁਸੀਂ ਕੁਛ ਨਾ ਕੁਛ ਨਵਾਂ ਲਰਨ ਕਰ ਰਹੇ ਹੋ ਟੂ ਬਿਕਮ ਸਮਾਰਟਰ ਇਨ ਯੋਰ ਪ੍ਰੋਗਰਾਮ, ਤੁਹਾਡਾ ਏਜਿੰਗ ਪ੍ਰੋਸੈਸ ਦਾ ਉਹ ਕੋਨਸੈਪਟ ਹੀ ਚੇਂਜ ਹੋ ਜਾਂਦਾ। ਸੋ ਮੈਂ ਤਾਂ ਜਸਵੀਰ ਸਿੰਘ ਨੂੰ ਅੱਜ ਵੀ ਜੇ ਤੁਹਾਨੂੰ ਫਿਗਰਸ ਵਿੱਚ ਪਤਾ ਲੱਗ ਜਾਵੇ ਤਾਂ ਲੱਗ ਜਾਵੇ, ਬਟ ਇਜ਼ ਮੈਂਟਲ ਸਟੇਟ, ਹਿਜ਼ ਵੇ ਆਫ ਟਾਕਿੰਗ, ਹੀ ਹੈਜ਼ ਹੰਬਲਡ ਅ ਲੋਟ ਇਨ ਲਾਸਟ 10 ਈਅਰਸ, ਇਜ਼ ਅ ਡਿਫਰੈਂਟ ਮੈਨ। ਉਹਦਾ ਪ੍ਰੋਸੈਸ ਕੀ ਹੈ ਕਿ ਤੁਸੀਂ ਰਿਕਵਰੀ 'ਚ ਜਿੰਨਾ ਜ਼ਿਆਦਾ ਤੁਸੀਂ ਇਹ 'ਚ ਇਨਵੋਲਵ ਹੋ ਜਾਂਦੇ ਨਾ, ਤੁਹਾਡੀ ਯੂਥਫੁਲਨੈਸ ਬਾਹਰ ਆਉਣੀ ਸ਼ੁਰੂ ਹੋ ਜਾਂਦੀ ਹੈ, ਤੁਹਾਡੀ ਕ੍ਰੀਏਟਿਵਿਟੀ, ਤੁਹਾਡੀ ਸਟ੍ਰੈਸ ਮੈਨੇਜਮੈਂਟ। ਸਾਡੀ ਏਜਿੰਗ ਪ੍ਰੋਸੈਸ ਫਿਗਰਸ ਵਿੱਚ ਨਹੀਂ ਹੁੰਦੀ, ਸਾਡੀ ਏਜਿੰਗ ਪ੍ਰੋਸੈਸ ਸਟ੍ਰੈਸ ਦੇ ਕਰਕੇ ਹੁੰਦੀ ਹੈ। ਹੁਣ ਜੇ ਕਿਸੇ ਨੂੰ ਸਟ੍ਰੈਸ ਹੈਂਡਲ ਨਹੀਂ ਨਾ ਕਰਨਾ ਆਉਂਦਾ, ਉਹਦੀ ਏਜਿੰਗ ਪ੍ਰੋਸੈਸ ਤੇਜ਼ ਹੋ ਜਾਂਦੀ ਹੈ, ਕਿਉਂਕਿ ਉਹਦੀ ਇਮਿਊਨਿਟੀ ਨਹੀਂ ਰਹਿੰਦੀ, ਉਹਨੇ ਹਰ ਵਾਰੀ ਬਿਮਾਰ ਹੋਣਾ, ਬਿਮਾਰੀ 'ਚੋਂ ਬਾਹਰ ਨਹੀਂ ਆ ਸਕਣਾ, ਉਹਨੂੰ ਸਭ ਤਰ੍ਹਾਂ ਦੀਆਂ ਬਿਮਾਰੀਆਂ ਲੱਗਣੀਆਂ, ਐਂਡ ਉਹ ਸਾਰੀਆਂ ਬਿਮਾਰੀਆਂ ਠੀਕ ਨਹੀਂ ਹੋਣੀਆਂ ਕਿਉਂਕਿ ਸਟ੍ਰੈਸ ਨੇ ਉਹਨੂੰ ਠੀਕ ਨਹੀਂ ਹੋਣ ਦੇਣਾ। ਅੱਛਾ ਹੁਣ ਜਿਸ ਬੰਦੇ ਕੋਲ ਸਵੇਰੇ ਉੱਠ ਕੇ ਕੋਈ ਇਹ ਸਿੱਖਣ ਨੂੰ ਨਹੀਂ ਹੈ ਕਿ ਅੱਜ ਮੈਂ ਨਵੀਂ ਚੀਜ਼ ਕਿਹੜੀ ਸਿੱਖਣੀ ਹੈ, ਜਸਵੀਰ ਸਿੰਘ ਨੇ ਇੱਕ ਡਾਇਰੀ ਲੈਣੀ ਹੈ, ਡਾਇਰੀ 'ਚ ਪੁਆਇੰਟ ਨੋਟ ਕਰਨੇ ਹੈ, ਫਿਰ ਇੱਕ ਸਵੇਰੇ ਕਥਾ ਸੁਣਨੀ ਹੈ, ਫਿਰ ਯੋਗਾ ਕਰਨਾ, ਫਿਰ ਉਹ ਸਾਰੇ ਪ੍ਰੋਸੈਸ ਨੂੰ ਚਲਾਉਣਾ। ਤੁਸੀਂ ਦੱਸੋ ਨਾ ਕਿ ਏਜਿੰਗ ਪ੍ਰੋਸੈਸ ਕਿੰਨੀ ਸਲੋ ਡਾਊਨ ਹੋ ਗਈ ਐਂਡ ਇਜ਼ ਬਿਨ ਕੰਸਿਸਟੈਂਟ, ਇਜ਼ ਨੋਟ ਬਾਦਰਡ ਅਬਾਊਟ ਲੋਕ ਆਸੇ ਪਾਸੇ ਕੀ ਕਰ ਰਹੇ ਆ, ਕੋਈ ਡਿੱਗ ਰਿਹਾ, ਕੋਈ ਦੌੜ ਰਿਹਾ, ਕੁਛ ਨਹੀਂ, ਇਹ ਆਪਣੀ ਪੇਸ 'ਤੇ ਚੱਲੇ ਹੋਏ ਆ। ਇਹ ਨਹੀਂ ਹੈ ਕਿ ਮੈਂ ਇਹਨਾਂ ਦੇ ਸਾਹਮਣੇ ਕਹਿੰਦਾ ਪਿਆ, ਨਾ ਕੋਈ ਤਾਰੀਫ ਕਰ ਰਿਹਾ, ਬਟ ਜੋ ਮੈਂ ਇਹਨਾਂ ਕੋਲੋਂ ਦੇਖਦਾ ਪਿਆ ਵੀ ਜੇ ਕਿਸੇ ਬੰਦੇ ਨੂੰ ਇੰਨਾ ਹੀ ਆਪਣੀ ਏਜਿੰਗ ਦਾ ਹੈਗਾ ਨਾ, ਉਹਨੂੰ ਰਿਕਵਰੀ 'ਚ ਆ ਜਾਣਾ ਚਾਹੀਦਾ, ਐਂਡ ਰਿਕਵਰੀ 'ਚ ਆ ਕੇ ਰੋਜ਼ ਸਵੇਰੇ ਕ੍ਰੀਏਟਿਵ ਆਈਡੀਆ ਸਿੱਖਣੇ ਚਾਹੀਦੇ ਵੀ ਅੱਜ ਦੀ ਲਾਈਫ ਨੂੰ ਜੀਣ ਦਾ ਬੈਸਟ ਤਰੀਕਾ ਕੀ ਹੈ। ਅਸੀਂ ਆਉਂਦੇ ਕਿਸ ਵਾਸਤੇ? ਨਸ਼ਾ ਛੱਡਣ ਵਾਸਤੇ, ਪਰ ਅਲਟੀਮੇਟਲੀ ਰਿਜ਼ਲਟ ਦੇਖੋ ਕੀ ਮਿਲ ਰਿਹਾ। ਅੱਛਾ ਜਦੋਂ ਤੁਸੀਂ ਕਿਸੇ ਦੀ ਗੱਲ ਸੁਣਦੇ ਹੋ ਐਂਡ ਤੁਸੀਂ ਕਿਸੇ ਨੂੰ ਆਪਣਾ ਕੌਂਸਲਰ ਮੰਨਦੇ ਹੋ, ਅਤੇ ਤੁਹਾਨੂੰ ਉਹ ਕੋਈ ਇਨਸਾਨ ਤੁਹਾਡੇ ਨਾਲ ਗੱਲ ਕਰ ਰਿਹਾ ਹੁੰਦਾ, ਉਹਦਾ ਆਪਣਾ ਵੀ ਬੜਾ ਫਾਇਦਾ ਹੁੰਦਾ, ਤੁਹਾਡਾ ਵੀ ਬੜਾ ਫਾਇਦਾ ਹੁੰਦਾ। ਜੇ ਆਪਾਂ ਕਹੀਏ ਸਿਰਫ ਮੈਡੀਸਨ ਦਾ ਰੋਲ ਹੈ, ਹੁਣ ਮੈਡੀਸਨ ਆਉਣੀਆਂ ਜਾਣੀਆਂ, ਕਦੀ ਮੈਡੀਸਨ ਚਾਹੀਦੀਆਂ ਹੁੰਦੀਆਂ, ਕਦੀ ਨਹੀਂ ਚਾਹੀਦੀਆਂ ਹੁੰਦੀਆਂ, ਕਦੀ ਵੱਧ ਜਾਂਦੀਆਂ, ਕਦੀ ਘੱਟ ਜਾਂਦੀਆਂ, ਪਰ ਇੱਕ ਚੀਜ਼ ਜਿਹੜੀ ਕੰਸਿਸਟੈਂਟ ਹੈ ਨਾ, ਉਹ ਹੈਗੀ ਕੌਂਸਲਿੰਗ। ਜੇ ਬੰਦਾ ਕੰਸਿਸਟੈਂਟਲੀ ਕੌਂਸਲਿੰਗ ਕਰਦਾ ਰਹਿੰਦਾ ਨਾ, ਤੁਸੀਂ ਐਕਸਪੈਕਟ ਕਰ ਸਕਦੇ ਹੋ ਆਉਣ ਵਾਲੇ 5-10 ਸਾਲ ਦੇ ਵਿੱਚ ਉਹਦੀ ਮੈਡੀਸਨ ਘੱਟ ਜਾਏਗੀ। ਪਰ ਜੇ ਤੁਸੀਂ ਕੌਂਸਲਿੰਗ ਦੇ ਵਿੱਚ ਨਹੀਂ ਹੈਗੇ ਅਤੇ ਤੁਸੀਂ ਚਾਹੁੰਦੇ ਹੋ ਕਿ ਮੈਂ ਮੈਡੀਸਨ ਨੂੰ ਉੱਪਰ ਨੀਚੇ ਕਰਾਂ, ਘਟਾਵਾਂ, ਉਹ ਡਿਜ਼ਾਸਟਰਸ ਹੋਏਗਾ। ਤੋ ਜਿਹੜਾ ਫੋਕਸ ਹੈ ਨਾ, ਹਮੇਸ਼ਾ ਦੋਨਾਂ ਚੀਜ਼ਾਂ 'ਤੇ ਰਹਿਣਾ ਚਾਹੀਦਾ, ਫੁੱਲ ਪ੍ਰਸਕ੍ਰਿਪਸ਼ਨ, ਜਿਵੇਂ ਨਮ੍ਰਿਤਾ ਜੀ ਨੇ ਕਿਹਾ ਨਾ ਕਿ ਫੁੱਲ ਪ੍ਰਸਕ੍ਰਿਪਸ਼ਨ। ਹੁਣ ਫੁੱਲ ਪ੍ਰਸਕ੍ਰਿਪਸ਼ਨ ਦੇ ਵਿੱਚ ਤਾਂ ਸਭ ਦਾ ਰੋਲ ਹੈ। ਜਦੋਂ ਜਸਵੀਰ ਸਿੰਘ ਜੀ ਆਏ ਸੀ, ਇਹਨਾਂ ਦੀ ਫੁੱਲ ਮੈਡੀਸਨ ਸੀ, ਇੰਜੈਕਟੇਬਲ ਵੀ ਸੀਗੇ, 2-3 ਸਾਲ 4 ਸਾਲ ਇੰਜੈਕਸ਼ਨ ਲੱਗਦੇ ਰਹੇ, ਉਸ ਤੋਂ ਬਾਅਦ ਹੌਲੀ ਹੌਲੀ ਕਰਕੇ ਫਿਰ ਓਰਲ ਮੈਡੀਕੇਸ਼ਨ 'ਤੇ ਆਏ, ਫਿਰ ਓਰਲ ਮੈਡੀਕੇਸ਼ਨ ਦੀ ਡੋਜ਼ ਘੱਟਦੀ ਰਹੀ, ਫਿਰ ਕਦੀ ਕਦਾਇਆ 6 ਮਹੀਨੇ ਬੰਦ ਵੀ ਰਹੀ, ਫਿਰ 6 ਮਹੀਨੇ ਬਾਅਦ ਕਦੀ ਇਹਨਾਂ ਨੂੰ ਲੱਗਾ, ਇਹਨਾਂ ਨੇ ਆਪ ਹੀ ਕਹਿ ਦਿੱਤਾ ਡਾਕਟਰ ਸਾਹਿਬ ਮਹਿਸੂਸ ਹੋ ਰਿਹਾ। ਸੋ ਹਰ ਚੀਜ਼ ਦਾ ਇੱਕ ਹੱਲ ਹੁੰਦਾ, ਹਰ ਚੀਜ਼ ਦਾ ਇੱਕ ਤਰੀਕਾ ਹੁੰਦਾ। ਬਟ ਵਨ ਥਿੰਗ ਆਈ ਮਸਟ ਟੈਲ ਯੂ ਵਿਚ ਆਈ ਹੈਵਨ ਟੋਲਡ ਬਿਫੋਰ, ਕਿ ਜੇ ਤੁਸੀਂ ਰਿਕਵਰੀ ਵਧੀਆ ਕਰਦੇ ਹੋ ਨਾ, ਯੂਅਰ ਏਜਿੰਗ ਪ੍ਰੋਸੈਸ ਗੋਜ਼ ਡਿਫਰੈਂਟ। ਤੁਹਾਡੀ ਪਹਿਲੀ ਜ਼ਿੰਦਗੀ ਦੇ ਵਿੱਚ ਤੁਹਾਡੇ ਮਨ 'ਚ ਹੀ ਨਹੀਂ ਆਉਂਦਾ ਤੁਸੀਂ ਕਿੰਨੇ ਸਾਲ ਦੇ ਹੋ, ਮਤਲਬ ਤੁਹਾਨੂੰ ਆਉਂਦਾ ਹੀ ਨਹੀਂ ਹੈ, ਐਂਡ ਯੂ ਡੋਂਟ ਫੀਲ। ਇਹ ਨਹੀਂ ਕਿ ਸਿਰਫ ਕਹਿਣਾ ਹੁੰਦਾ, ਤੁਹਾਨੂੰ ਫੀਲਿੰਗ ਨਹੀਂ ਆਉਂਦੀ ਹੋਵੇ। ਐਗਜ਼ਾਮਪਲ ਸੀਗੇ ਹੁੰਦੇ, ਫਰਾਂਸ ਦੀ ਕੁਈਨ ਸੀ, ਕੁਈਨ ਇੰਟਰਨੈਟ ਮੇਰੇ ਖਿਆਲ ਨਾਲ, ਜਦੋਂ ਉਹਨੂੰ ਪਤਾ ਚੱਲਿਆ ਕਿ ਰਿਵੋਲਟ ਹੋਇਆ, ਅਤੇ ਇੱਕ ਰਾਤ 'ਚ ਹੀ ਉਹਦੇ ਸਾਰੇ ਵਾਲ ਚਿੱਟੇ ਹੋ ਗਏ ਸੀਗੇ ਕਿ ਉਹਨੇ ਇੰਨਾ ਸਟ੍ਰੈਸ ਲੈ ਲਿਆ ਸੀਗਾ। ਤਾਂ ਸਟ੍ਰੈਸ ਹੀ ਤਾਂ ਹੈ ਜਿਹੜੀ ਚੀਜ਼ ਸਾਨੂੰ ਸਭ ਤੋਂ ਜ਼ਿਆਦਾ ਪਰੇਸ਼ਾਨ ਕਰ ਰਹੀ ਹੈ। ਜਦੋਂ ਤੁਸੀਂ ਕਹਿ ਰਹੇ ਹੋ ਕਿ ਏਜਿੰਗ ਪ੍ਰੋਸੈਸ ਸਲੋ ਹੋ ਗਿਆ, ਜਦੋਂ ਆਪਣਾ ਮਾਇੰਡ ਸ਼ਾਂਤ ਹੈ, ਕਾਮ ਹੈ, ਇੱਕ ਰੂਟੀਨ ਬਣੀ ਹੋਈ ਹੈ, ਉਹਦੇ ਨਾਲ ਹੀ ਏਜਿੰਗ ਪ੍ਰੋਸੈਸ ਸਲੋ ਹੋਇਆ, ਉਹਨਾਂ ਨਾਲ ਹੀ ਜਿੰਨਾ ਜਿਹੜਾ ਸਕਿਜ਼ੋਫਰੇਨੀ ਹੈ ਉਹ ਵੀ ਉਹਦੇ ਵੀ ਚਾਂਸਿਸ ਘੱਟ ਜਾਂਦੇ ਹੈਗੇ। ਆਪਾਂ ਲੋਕਾਂ ਨਾਲ ਗੱਲ ਕਰਦੇ ਰਹਿੰਦੇ ਹੈਗੇ ਅੱਗੇ ਤੋਂ ਅੱਗੇ, ਸਾਡਾ ਉਨਾ ਹੀ ਜਿਹੜਾ ਮਾਇੰਡ ਆ ਉਹ ਸ਼ਾਰਪ ਹੁੰਦਾ ਹੈਗਾ, ਅਤੇ ਉਨੀ ਲਰਨਿੰਗ ਸਕਿੱਲ ਸਾਡੇ ਵੱਧਦੇ ਹੈਗੇ ਆ ਨੈਚੁਰਲੀ। ਬੱਚੇ ਦੇਖਣਾ ਕੈਮੀਕਲਸ ਹੈ, ਜੇ ਕੋਰਟੀਸੋਲ ਬਣ ਰਹੀ ਹੈ, ਐਡਰੀਨਲਿਨ ਬਣ ਰਹੀ ਹੈ, ਤੁਹਾਡਾ ਸਕਿਨ ਜਿਹੜਾ ਉਹਦੀ ਥਿਕਨੈਸ ਘੱਟ ਜਾਂਦੀ ਹੈ, ਤੁਹਾਡੇ ਇਲਾਸਟਿਸਿਟੀ ਆਫ ਸਕਿਨ ਫਰਕ ਪੈ ਜਾਂਦਾ, ਤੁਹਾਡੀ ਮਤਲਬ ਸਾਰਾ ਦਿਨ ਤੁਹਾਡੀ ਈਟਿੰਗ ਹੈਬਿਟ, ਤੁਹਾਡੀਆਂ ਸਲੀਪਿੰਗ ਹੈਬਿਟਸ, ਤੁਹਾਡੀਆਂ ਐਕਸਰਸਾਈਜ਼ ਦੀਆਂ ਹੈਬਿਟਸ, ਤੁਹਾਡੀਆਂ ਲੋਕਾਂ ਦੇ ਨਾਲ ਲੜਾਈ ਝਗੜੇ ਲੈਣ ਦੀ, ਇਹਨਾਂ ਸਾਰਿਆਂ ਦੀ ਟੈਂਡੈਂਸੀ ਘੱਟ ਜਾਂਦੀ ਹੈ। ਤੁਸੀਂ ਬਹੁਤ ਜ਼ਿਆਦਾ ਮੈਟਰ ਨਹੀਂ ਕਰਦਾ, ਲੋਕ ਤੁਹਾਨੂੰ ਆ ਕੇ ਕਹਿੰਦੇ ਕਿ ਤੁਹਾਡੇ ਬਾਰੇ ਆਹ ਗੱਲ ਹੋ ਰਹੀ, ਉਹ ਕਹਿੰਦਾ ਕੋਈ ਗੱਲ ਨਹੀਂ, ਚਲੋ ਅੱਗੇ ਚਲੋ, ਮਤਲਬ ਯੂ ਆਰ ਨੋਟ ਬਾਦਰਡ ਅਬਾਊਟ ਇਟ।
ਤੇ ਤੁਸੀਂ ਫਿਰ ਬਹੁਤ ਸੋਹਣੀਆਂ ਥੋੜੀਆਂ ਚੀਜ਼ਾਂ 'ਚ ਫਸਦੇ ਹੋ। ਹਾਂਜੀ, ਜੇ ਫਸਦੇ ਵੀ ਹੋ ਤਾਂ ਤੁਸੀਂ ਅਗਲੇ ਕੁਛ ਮਿੰਟਾਂ 'ਚ ਉੱਚੋਂ ਬਾਹਰ ਆ ਜਾਂਦੇ ਹੋ, ਕਿਉਂਕਿ ਤੁਹਾਨੂੰ ਆਪਣੇ ਆਪ ਹੀ ਨਾਲ ਹੀ ਇੰਨਾ ਪਿਆਰ ਹੋ ਜਾਂਦਾ ਕਿ ਤੁਹਾਡੇ ਕੋਲ ਗੁੰਜਾਇਸ਼ ਨਹੀਂ ਹੁੰਦੀ ਵੀ ਦੁਨੀਆਂ 'ਚ ਕਿਸੇ ਹੋਰ ਬੰਦੇ ਵੱਲ ਦੇਖਿਆ ਜਾਏ।